ਅੱਜ ਜੋ ਸੇਵਾ ਰਤਨ ਅਵਾਰਡ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਤ ਬਾਬਾ ਬਲਬੀਰ ਸਿੰਘ ਜੀ ਜੋ ਕਿ ਮੁਖੀ ਨੇ ਬੁੱਢਾ ਦਲ ਦੇ ਉਹਨਾਂ ਨੂੰ ਜੋ ਬਖਸ਼ਿਸ਼ ਹੋਈ ਹੈ ਮਹਾਰਾਜ ਦੇ ਪਵਿੱਤਰ ਦਰ ਤੋਂ ਅਤੇ ਇਸ ਮੌਕੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਬਾਬਾ ਜੀ ਆਪ ਜੀ ਦਾ ਸਵਾਗਤ ਕਰਦੇ ਹਾਂ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਦਿਹਾੜੇ ਮੌਕੇ ਪਹਿਲਾਂ ਤਾਂ ਅਸੀਂ ਚਾਹਵਾਂਗੇ ਕਿ ਕੁਝ ਵਿਚਾਰ ਆਪ ਜੀ ਸਿੱਖ ਸੰਗਤਾਂ ਦੇ ਨਾਲ ਸਾਂਝੇ ਕਰੋ ਕਿ ਅੱਜ ਜੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਦਰ ਤੋਂ ਬਖਸ਼ਿਸ਼ ਆਪ ਜੀ ਨੂੰ ਪ੍ਰਾਪਤ ਹੋਈ ਹੈ। ਅੱਜ ਗੁਰ ਜਿਹੜਾ ਸਿੱਖਾਂ ਦਾ ਮਹਾਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸ਼੍ਰੀ ਹਰਿਮੰਦਰ ਸਾਹਿਬ ਜੀ, ਜਿਸ ਪਵਿੱਤਰ ਅਸਥਾਨ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਤੇ ਉਹਨਾਂ ਦੇ ਮੁਖੀ ਨੂੰ ਜਿਹੜਾ ਸ਼੍ਰੋਮਣੀ ਸੇਵਾ ਰਤਨ ਦਾ ਜਿਹੜਾ ਸਨਮਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਅਤੇ ਸਾਰੇ ਤਖਤਾਂ ਦੇ ਪੰਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਵੱਲੋਂ ਜਿਹੜਾ ਬਖਸ਼ਿਸ਼ ਕੀਤਾ ਗਿਆ, ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੰਗਤ ਨੂੰ ਜਿਹੜਾ ਸਾਰੀਆਂ ਹੀ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਮੁੱਚੇ ਹੀ ਨਿਹੰਗ ਸਿੰਘ ਜਥੇਬੰਦੀਆਂ, ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਉਹਨਾਂ ਦੇ ਮੁਖੀ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵੇਲੇ ਜਿਹੜਾ ਪਹੁੰਚ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਜਿਹੜੀ ਇਹ ਮਹਾਨ ਖੁਸ਼ੀ ਦੇ ਵਿੱਚ ਜਿਹੜੇ ਸਾਂਝੀ ਹੋਏ ਨੇ। ਅਤੇ ਨਾਲ ਹੀ ਮੈਂ ਬੇਨਤੀ ਕਰਦਾ, ਇਹ ਜਿਹੜੀ ਹੈ ਸੇਵਾ ਸ਼੍ਰੋਮਣੀ ਸੇਵਾ ਰਤਨ ਜਿਹੜਾ ਸਨਮਾਨ ਵਜੋਂ ਜਿਹੜਾ ਸਨਮਾਨ ਦਿੱਤਾ ਗਿਆ, ਇਹ ਨਿਹੰਗ ਸਿੰਘ ਜਥੇਬੰਦੀਆਂ ਦੀ ਜਿਹੜੀ ਸਰਮੌਰ ਜਿਹੜਾ ਜਿਹਨੂੰ ਖਾਲਸਾ ਪੰਥ ਬੁੱਢਾ ਦਲ ਆਪਾਂ ਕਹਿੰਦੇ ਹਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸ਼ਵ, ਜਿਹੜੇ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ ਜਿਹੜਾ, ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੋਂ ਜਿਹੜਾ ਵਰੋਸਾਇਆ ਹੋਇਆ ਅਤੇ ਨਾਲ ਹੀ ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਸੀ, ਉਸ ਵੇਲੇ ਜਿਹੜੇ ਬਾਬਾ ਬੁੱਢਾ ਜੀ ਜਦੋਂ 30,000 ਫੌਜ ਲੈ ਕੇ ਅਤੇ ਗਵਾਲੀਅਰ ਪਹੁੰਚੇ ਸੀ ਅਤੇ ਉਦੋਂ ਸਤਿਗੁਰਾਂ ਨੇ ਜਿਹੜਾ ਸੀ ਬਚਨ ਕੀਤੇ ਸੀ, ਬਾਬਾ ਬੁੱਢਾ ਜੀ ਤੁਹਾਡੇ ਨਾਂ 'ਤੇ ਜਿਹੜਾ ਜੁਗੋ ਜੁਗ ਜਿਹੜਾ ਪੰਥ ਚੱਲੇਗਾ। ਅਤੇ ਉਹ ਜਿਹੜੇ ਬਚਨ ਸੀ ਜਦੋਂ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ, ਅਤੇ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ 'ਤੇ, ਅਤੇ ਉਹਨਾਂ ਨੇ ਬਾਬਾ ਵਿਨੋਦ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਹੋਏ ਨੇ ਅਤੇ ਉਹਨਾਂ ਨੂੰ ਜਿਹੜਾ ਨਿਸ਼ਾਨ ਨਗਾਰਾ ਦੇ ਕੇ ਅਤੇ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਉਹਨਾਂ ਦੇ ਨਾਲ ਜਿਹੜੇ 25 ਸਿੰਘ ਹੋਰ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਉਹਨਾਂ ਦੀ ਜਿਹੜੀ ਹੈ ਨਿਸ਼ਾਨ ਸਾਹਿਬਾਨ ਦੀ ਤਾਬਿਆ 5 ਸਿੰਘ ਸਾਹਿਬਾਂ ਦੀ ਆਗਿਆ ਦੇ ਵਿੱਚ ਜਿਹੜਾ ਭੇਜਿਆ ਸੀ, ਅਤੇ ਜਿਨ੍ਹਾਂ ਨੂੰ ਜਦੋਂ ਭੇਜਿਆ ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ, ਜਿਹੜਾ ਮਾਤਾ ਗੁਜਰ ਕੌਰ ਜੀ ਦਾ ਬਦਲਾ ਲੈਣ ਵਾਸਤੇ ਜਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਇਹ ਜਿਹੜਾ ਬੁੱਢਾ ਦਲ ਜਿਹੜਾ ਉੱਥੋਂ ਮਹਾਰਾਜ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਭੇਜਿਆ, ਅਤੇ ਉਦੋਂ ਤੋਂ ਲੈ ਕੇ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਿਹੜੇ ਸਾਰੇ ਹੀ ਜਥੇਦਾਰ ਸਾਹਿਬਾਨ, ਜਿਹੜੇ ਪਹਿਲੇ ਜਥੇਦਾਰ ਬੁੱਢਾ ਦਲ ਦੇ 10 ਜਥੇਦਾਰ ਹੋਏ ਨੇ, ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵੀ ਜਥੇਦਾਰ ਹੋਏ ਨੇ। 1925 ਤੋਂ ਪਹਿਲਾਂ ਸਮੁੱਚਾ ਹੀ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਸਾਹਿਬਾਨ ਦਾ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੀ ਹੁੰਦਾ ਸੀ, ਅਤੇ ਜਿਹੜੇ ਬੁੱਢਾ ਦਲ ਦੇ ਜਿਵੇਂ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਹੋਏ ਨੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜਿਹੜਾ ਨਿਸ਼ਾਨ ਨਗਾਰਾ ਦੇ ਕੇ ਅਤੇ ਉਹਨਾਂ ਨੂੰ ਸ੍ਰੀ ਸਾਹਿਬ ਖੰਡਾ ਦੇ ਕੇ ਢਾਲ ਦੇ ਕੇ ਉੱਥੋਂ ਭੇਜਿਆ ਸੀ, ਅਤੇ ਉਹਨਾਂ ਤੋਂ ਜਿਹੜੇ ਦੂਜੇ ਜਥੇਦਾਰ ਸੀ ਦੀਵਾਨ ਦਰਬਾਰਾ ਸਿੰਘ ਜੀ, ਉਹ ਮਹਾਰਾਜ ਦੇ ਦੀਵਾਨ ਵੀ ਸੀ ਅਤੇ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਹਿਬ ਜੀ ਦੇ ਵੀ ਉਹ ਜਥੇਦਾਰ ਹੋਏ ਨੇ, ਅਤੇ ਤੀਸਰੇ ਜਥੇਦਾਰ ਬੁੱਢਾ ਦਲ ਦੇ ਨਵਾਬ ਕਪੂਰ ਸਿੰਘ ਜੀ ਹੋਏ ਨੇ, ਜਿਨ੍ਹਾਂ ਵੇਲੇ ਪੰਥ ਜਿਹੜਾ ਬਹੁਤ ਵੱਡੀਆਂ ਇਹਨਾਂ ਨੇ ਮੱਲਾਂ ਮਾਰੀਆਂ। ਅਤੇ ਫਿਰ ਚੌਥੇ ਜਥੇਦਾਰ ਬੁੱਢਾ ਦਲ ਦੇ ਹੋਏ ਨੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਅਤੇ ਜਿਨ੍ਹਾਂ ਵੇਲੇ ਬਹੁਤ ਤਰੱਕੀ ਕੀਤੀ ਦਲ ਪੰਥ ਨੇ ਦਿੱਲੀ 'ਤੇ ਵੀ 19 ਵਾਰ ਜਿਹੜਾ ਲਾਲ ਕਿਲ੍ਹੇ ਦੇ ਉੱਪਰ ਜਿਹੜਾ ਫਤਿਹ ਕਰਕੇ ਲਾਲ ਕਿਲ੍ਹੇ ਨੂੰ
ਅਤੇ ਉੱਥੇ ਕੇਸਰੀ ਨਿਸ਼ਾਨ ਚਲਾਇਆ ਅਤੇ ਉਦੋਂ ਜਿਹੜਾ ਬੁੱਢਾ ਦਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀ ਅਤੇ ਉਹਨਾਂ ਤੋਂ ਬਾਅਦ ਜਿਹੜੇ ਪੰਜਵੇਂ ਜਥੇਦਾਰ ਹੋਏ ਨੇ ਬਾਬਾ ਨੈਣਾ ਸਿੰਘ ਜੀ ਉਹਨਾਂ ਦੇ ਬੁੱਢਾ ਦਲ ਦੇ ਅਤੇ ਉਹ ਵੀ ਬਹੁਤ ਚੜ੍ਹਦੀ ਕਲਾ ਵਾਲੇ ਜਥੇਦਾਰ ਹੋਏ ਨੇ ਅਤੇ ਛੇਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਏ ਨੇ ਜਿਨ੍ਹਾਂ ਦੇ ਸਿੱਖ ਪੰਥ ਹੁਣ ਵੀ ਉਹਨਾਂ ਦੇ ਫੈਸਲਿਆਂ 'ਤੇ ਬਹੁਤ ਜਿਹੜਾ ਮਾਣ ਕਰਦਾ ਅਤੇ ਸੱਤਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਹਨੂੰਮਾਨ ਸਿੰਘ ਜੀ ਹੋਏ ਨੇ ਅੱਠਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਪ੍ਰਹਲਾਦ ਸਿੰਘ ਜੀ ਅਤੇ ਨੌਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਗਿਆਨ ਸਿੰਘ ਜੀ ਹੋਏ ਨੇ ਦਸਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਤੇਜਾ ਸਿੰਘ ਜੀ ਹੋਏ ਨੇ ਅਤੇ ਗਿਆਰਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਹੋਏ ਨੇ ਬਾਰ੍ਹਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਚੇਤ ਸਿੰਘ ਜੀ ਹੋਏ ਨੇ ਅਤੇ ਤੇਰ੍ਹਵੇਂ ਜਥੇਦਾਰ ਬਾਬਾ ਸੰਤਾ ਸਿੰਘ ਜੀ ਹੋਏ ਨੇ ਉਹਨਾਂ ਤੋਂ ਬਾਅਦ ਜਿਹੜੀ ਹੈ ਸੇਵਾ ਆਪਦੇ ਜਿਉਂਦੇ ਜੀ ਉਹ ਮੈਨੂੰ ਬਖਸ਼ਿਸ਼ ਕਰਕੇ ਗਏ ਅਤੇ ਨਾਲ ਜਿਹੜਾ ਹੁਣ ਆਪਾਂ ਮਾਣ ਸਨਮਾਨ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਆਪਾਂ ਮਾਣ ਸਨਮਾਨ ਇਹ ਇਕੱਲਾ ਮੇਰਾ ਹੀ ਨਹੀਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਸਨਮਾਨ ਹੈ ਜਿਹਦੇ ਵਿੱਚ ਆਪਾਂ ਜਦੋਂ ਆਹ ਜਿਹੜਾ ਸੇਵਾ ਹੈ ਜਿਵੇਂ ਮਹਾਰਾਜ ਨੇ ਕਿਹਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਮੈ ਵਿੱਚੋਂ ਜਾਏ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿੰਨੀਆਂ ਵੀ ਨਿਹੰਗ ਸਿੰਘ ਤਰਨਾ ਦਲ ਜਥੇਬੰਦੀਆਂ ਨੇ ਸਾਰੀਆਂ ਹੀ ਬੁੱਢਾ ਦਲ ਦੇ ਵਿੱਚੋਂ ਹੀ ਹੋਣ 'ਚ ਆਈਆਂ ਨੇ ਬੁੱਢਾ ਦਲ ਨੇ ਹੀ ਕਾਇਮ ਕੀਤੀਆਂ ਅਤੇ ਜਿਹੜਾ ਸੇਵਾ ਦੀ ਗੱਲ ਹੈ ਜਾਂ ਸਨਮਾਨ ਦੀ ਗੱਲ ਹੈ ਇਹ ਜਿਹੜਾ ਸਤਿਗੁਰਾਂ ਦੀ ਬਹੁਤ ਅਪਾਰ ਕਿਰਪਾ ਜਿਹੜਾ ਉਹਨਾਂ ਨੇ ਇਹ ਸੇਵਾ ਜਿਹੜੀ ਹੈ ਸ਼੍ਰੋਮਣੀ ਸੇਵਾ ਰਤਨ ਜਿਹੜਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਕਿਉਂਕਿ ਜਿਹੜੀ ਸੇਵਾ ਹੈ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੇ ਖਿਆਲ ਆਪਣੇ ਪਹਿਲਾਂ ਤਾਂ ਆਪ ਹੀ ਆਪਣੇ ਅਵਾਰਡ ਦਿੰਦੇ ਆਏ ਬੁੱਢਾ ਦਲ ਦੇ ਜਥੇਦਾਰ ਜਿਹੜੇ ਨੇ 10 ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਅਤੇ ਪਰ ਇਹ ਮੇਰੇ ਵੇਖਣ ਦੇ ਵਿੱਚ ਜਾਂ ਆਪਾਂ ਇਤਿਹਾਸ ਵੀ ਦੇਖਦੇ ਹਾਂ ਬਾਬਾ ਜੱਸਾ ਸਿੰਘ ਜੀ ਆਲੂਵਾਲ ਗਿਆ ਜਿਨ੍ਹਾਂ ਨੂੰ ਬੰਦੀ ਛੋੜਦੇ ਉਹਦੇ ਨਾਲ ਕਿਤਾਬ ਦੇ ਨਾਲ ਵੀ ਖਾਲਸੇ ਪੰਥ ਨੇ ਨਿਵਾਜਿਆ ਅਤੇ ਸਾਰੇ ਭਾਵੇਂ ਸੁਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦੇ ਨਾਮ ਦਰਜ ਨੇ ਨਵਾਬ ਕਪੂਰ ਸਿੰਘ ਜੀ ਜੱਸਾ ਸਿੰਘ ਜੀ ਆਲੂਵਾਲ ਗਿਆ ਅਕਾਲੀ ਫੂਲਾ ਸਿੰਘ ਜੀ ਬਾਬਾ ਹਨੂੰਮਾਨ ਸਿੰਘ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਸਦਾ ਲਈ ਭਾਜਣਾ ਪਾਈਆਂ ਅਤੇ ਜਿਹੜਾ ਇਹ ਅਵਾਰਡ ਹੈ ਸਾਡੇ ਨਿਹੰਗ ਸਿੰਘਾਂ ਨੂੰ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਇਹ ਸਾਰਿਆਂ ਦਾ ਹੀ ਅਵਾਰਡ ਹੈ ਮੇਰਾ ਇਕੱਲੇ ਦਾ ਨਹੀਂ ਇਹ ਪਹਿਲੀ ਵਾਰੀ ਜਿਹੜਾ ਸ਼੍ਰੋਮਣੀ ਸੇਵਾ ਰਤਨ ਦਾ ਅਵਾਰਡ ਮਿਲਿਆ ਅਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਬਹੁਤ ਉਹਨਾਂ ਨੇ ਖੁਸ਼ੀ ਮਨਾਈ ਹੈ ਅਤੇ ਸਮੁੱਚੇ ਖਾਲਸੇ ਪੰਥ ਦਾ ਧੰਨਵਾਦ ਕੀਤਾ ਸੋ ਅੱਜ ਜੋ ਸਿੰਘ ਸਾਹਿਬ ਸਾਰੀਆਂ ਸੰਪਰਦਾਵਾਂ ਹੋਰ ਜਿਹੜੇ ਵੀ ਪਤਵੰਤੇ ਆਏ ਸੀ ਥੋੜ੍ਹਾ ਜਿਹਾ ਉਹਨਾਂ ਦਾ ਬਾਰੇ ਵੀ ਸਾਂਝ ਸੰਗਤਾਂ ਦੇ ਨਾਲ ਪਾਉਂਦੇ ਕਿ ਅੱਜ ਦੇ ਮੌਕੇ ਦੇ ਉੱਤੇ ਕਿਸ ਢੰਗ ਦਾ ਜਲੌ ਜਿਹੜਾ ਉਹ ਬਣਿਆ ਅੱਜ ਜਿਹੜਾ ਜਲੌ ਸੀ ਸਾਰੇ ਨਿਹੰਗ ਸਿੰਘ ਜਿਹੜੇ ਸੀ ਫੌਜਾਂ ਜਿਵੇਂ ਇੱਥੇ ਦੀਵਾਲੀ ਦਾ ਆਪਾਂ ਦੇਖਦੇ ਹਾਂ ਜਦੋਂ ਦੀਵਾਲੀ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਤੇ ਗੁਰੂ ਦੀਆਂ ਲਾੜਦੀਆਂ ਫੌਜਾਂ ਪਹੁੰਚਦੀਆਂ ਨੇ ਅੱਜ ਵੀ ਉਹ ਹੀ ਜਿਹੜਾ ਜਲ ਜਲੌ ਸੀ ਬਹੁਤ ਚੜ੍ਹਦੀ ਕਲਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਮੁਖੀ ਸਾਹਿਬਾਨ ਉੱਥੇ ਪਹੁੰਚੇ ਹੋਏ ਸੀ ਅਤੇ ਜਦੋਂ ਆਪਣੇ ਜਿਹੜਾ ਸੇਵਾ ਰਤਨ ਦਾ ਸ਼੍ਰੋਮਣੀ ਸੇਵਾ ਰਤਨ ਦਾ ਜਿਹੜਾ ਅਵਾਰਡ ਦਿੱਤਾ ਗਿਆ ਉਹਨਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਨੇ ਬਾਬਾ ਗੱਜਣ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉਹ ਵੀ ਪਹੁੰਚੇ ਹੋਏ ਸੀ ਅਤੇ ਬਾਬਾ ਜਿਹੜੇ ਨੇ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਾਬਾ ਵਿਧੀ ਚੰਦ ਜੀ ਉਹਨਾਂ ਵੱਲੋਂ ਜਿਹੜੇ ਨੇ ਬਾਬਾ ਸਾਹ ਜੀ ਅਤੇ ਉਹਨਾਂ ਦੇ ਹੋਰ ਆਪਣੇ ਫੌਜਾਂ ਇੱਥੇ ਪਹੁੰਚੀਆਂ ਸੀ ਅਤੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਉਹ ਜਿਹੜੇ ਨੇ ਵਿਦੇਸ਼ 'ਚ ਗਏ ਹੋਏ ਨੇ ਕੈਨੇਡਾ ਅਤੇ ਉਹਨਾਂ ਦੇ ਜਿਹੜੇ ਆਪਣੇ ਜਥੇਦਾਰ ਨੇ ਬਾਬਾ ਨਾਗਰ ਸਿੰਘ ਜੀ ਉਹਨਾਂ ਵੱਲੋਂ ਉਹ ਪਹੁੰਚੇ ਹੋਏ ਸੀ ਫੌਜਾਂ ਸਮੇਤ ਬਾਬਾ ਨਿਰੰਗ ਸਿੰਘ ਜੀ ਹੋਰ ਸਾਰੀਆਂ ਹੀ ਫੌਜਾਂ ਅਤੇ ਬਾਬਾ ਤਰਸੇਮ ਸਿੰਘ ਜੀ ਜਿਹੜੇ ਮਹਿਤਾ ਚੌਂਕ ਵਾਲੇ ਬਟਾਲੇ ਤੋਂ ਨੇ ਉਹ ਵੀ ਪਹੁੰਚੇ ਹੋਏ ਸੀ ਅਤੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਜਿਹੜੇ ਬਟਾਲੇ ਤੋਂ ਨੇ ਗੁਰੂ ਨਾਨਕ ਦਲ ਮੜੀਆਂ ਵਾਲੇ ਅਤੇ ਉਹਨਾਂ ਦੇ ਵੀ ਭਚੰਗੀ ਜਿਹੜੇ ਨੇ ਬਾਬਾ ਵਰਿਆਮ ਸਿੰਘ ਜੀ ਬਾਬਾ ਵੀਰ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਸਾਰਾ ਉਹਨਾਂ ਦੇ ਪਹੁੰਚੇ ਹੋਏ ਸੀ ਅਤੇ ਇਸੇ ਤਰ੍ਹਾਂ ਜਿਹੜੇ ਹੈ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਬਾਬਾ ਸੁੱਖਾ ਸਿੰਘ ਜੀ ਬਾਬਾ ਰਘਵੀਰ ਸਿੰਘ ਜੀ ਤਰਨਾ ਦਲ ਅਤੇ ਬਾਬਾ ਮੇਜਰ ਸਿੰਘ ਜਿਹੜਾ ਦਸ਼ਮੇਸ਼ ਤਰਨਾ ਦਲ ਬਾਬਾ ਬਲਦੇਵ ਸਿੰਘ ਵੱਲਾ ਅਤੇ ਹੋਰ ਆਪਣੇ ਜਿੰਨੇ ਵੀ ਦਲ ਨੇ
ਕੋਈ ਵੀ ਇਹੋ ਜਿਹਾ ਦਲ ਨਹੀਂ। ਬਾਬਾ ਚੜ੍ਹ ਸਿੰਘ ਜੀ ਅਰਬਾਂ ਖਰਬਾਂ ਅਤੇ ਬਾਬਾ ਜਿਹੜੇ ਪ੍ਰਗਟ ਸਿੰਘ, ਬਾਬਾ ਇੱਕ ਪ੍ਰਤਾਪ ਸਿੰਘ ਜੀ ਭਾਈ ਮਣੀ ਸਿੰਘ ਦਲ, ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਸੰਤ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ ਅਤੇ ਹੋਰ ਸਾਰੇ ਸੰਤ ਮਹਾਂਪੁਰਖ ਇੱਥੇ ਪਹੁੰਚੇ ਅਤੇ ਗਿਣਤੀ ਤਾਂ ਬਹੁਤ ਹੈ ਪਰ ਆਪਣੇ ਹੈ ਨਾ ਤੁਸੀਂ ਦੇਖਿਆ ਆਪ ਸਾਰਿਆਂ ਨੂੰ ਬਹੁਤ ਜਿਹੜਾ ਉਤਸ਼ਾਹ ਸੀ ਇਸ ਆਪਣੇ ਜਿਹੜਾ ਸਨਮਾਨ ਦਾ। ਹਾਂਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸੋ ਬਾਬਾ ਜੀ ਇਹ ਜਿਹੜੇ ਬੁੱਢਾ ਦਲ ਵੱਲੋਂ ਜੋ ਮੁੱਖ ਤੌਰ 'ਤੇ ਜਿਹੜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ, ਕਿਉਂਕਿ ਕਈ ਸੰਗਤਾਂ ਨੂੰ ਇਹ ਗਿਆਨ ਨਹੀਂ ਹੁੰਦਾ ਵੀ ਕਿਹੜੀਆਂ ਕਿਹੜੀਆਂ ਸੇਵਾਵਾਂ ਬੁੱਢਾ ਦਲ ਕਰਦਾ ਪਿਆ, ਥੋੜ੍ਹਾ ਜਿਹਾ ਉਹਦੇ ਬਾਰੇ ਜੇ ਜਾਣਕਾਰੀ ਆਪ ਜੀ ਸਾਡੇ ਨਾਲ ਸਾਂਝੀ ਕਰੋ। ਸਤਿਮਾਨ ਜਿਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਜਿਹੜੀਆਂ ਮਹਾਨ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਸਭ ਤੋਂ ਪਹਿਲਾਂ ਤਾਂ ਤੁਸੀਂ ਜਿਸ ਅਸਥਾਨ 'ਤੇ ਬੈਠੇ ਹਾਂ ਆਪਾਂ, ਜਿਹੜਾ ਬੁਰਜ ਅਕਾਲੀ ਫੂਲਾ ਸਿੰਘ ਜੀ, ਇਸੇ ਅਸਥਾਨ 'ਤੇ ਜਿਹੜਾ ਇੱਥੋਂ ਹੀ ਰਾਜ ਭਾਗ ਕਿਸੇ ਵੇਲੇ ਚੱਲਦਾ ਸੀ, ਅਕਾਲੀ ਫੂਲਾ ਸਿੰਘ ਜੀ ਦਾ ਇੱਥੇ ਨਿਵਾਸ ਹੁੰਦਾ ਸੀ ਅਤੇ ਇਸ ਅਸਥਾਨ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੇ ਮਾਲਕ, ਉਹਨਾਂ ਨੇ ਆਹ ਜਿਹੜਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ ਪਾਤਸ਼ਾਹੀ ਛੇਵੀਂ, ਇਸ ਅਸਥਾਨ ਦੀ ਜਿਹੜੀ ਸੇਵਾ ਇਹ ਵੀ ਜਿਹੜੀ ਹੈ ਸੰਪੂਰਨ ਜਿਹੜੀ ਨੀਂਹ ਪੱਥਰ ਵੀ ਬਾਬਾ ਸੰਤਾ ਸਿੰਘ ਜੀ ਹੋਰਾਂ ਵੇਲੇ ਦਾਸ ਨੇ ਰਖਵਾਇਆ ਅਤੇ ਇਹਦੀ ਸੰਪੂਰਨਤਾ ਜਿਹੜੀ ਹੈ ਉਹ ਵੀ ਜਿਹੜੀ ਹੈ ਦਾਸ ਵੱਲੋਂ ਕੀਤੀ ਗਈ ਅਤੇ ਹੁਣ ਜਿਹੜਾ ਇਸ ਅਸਥਾਨ ਦੀ ਜਿਹੜੀ ਹੈ ਸੇਵਾ 6 ਮੰਜ਼ਿਲਾ ਜਿਹੜੀ ਇਮਾਰਤ ਹੈ ਗੁਰੂ ਹਰਗੋਬਿੰਦ ਨਿਵਾਸ ਅਤੇ ਲੰਗਰ ਹਾਲ ਦੀ ਜਿਹੜੀ ਸੇਵਾ ਜਿਹਦੇ ਵਿੱਚ ਤਕਰੀਬਨ 3 ਮੰਜ਼ਿਲਾਂ ਦੇ ਉੱਪਰ ਜਿਹੜਾ ਉਹ ਸਰਾਮ ਬਣਾਈ ਜਾ ਰਹੀ ਹੈ। ਜਿਹੜੇ NRI ਸਾਡੇ ਭਰਾ ਨੇ, ਜਿਵੇਂ ਹੁਣ ਆ ਤੁਹਾਡਾ ਸੰਗਤ TV ਹੈ ਜਿਹੜਾ, ਇਹ ਸਾਡਾ ਨਿਹੰਗ ਸਿੰਘਾਂ ਦਾ ਹਰ ਮੇਲੇ 'ਤੇ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸੰਗਤ TV ਵਾਲਿਆਂ ਦਾ, ਖਾਸ ਕਰਕੇ ਤੁਹਾਡਾ, ਜਿਹੜੀ ਸਾਡੀ ਨਿਹੰਗ ਸਿੰਘਾਂ ਦੀ ਆਵਾਜ਼ ਹੈ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਹੋ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਇਹ ਸਾਰੀਆਂ ਨਿਹੰਗ ਸਿੰਘਾਂ ਦਾ ਤੁਸੀਂ ਉਤਸ਼ਾਹ ਬਾਹਰਲੀਆਂ ਸੰਗਤਾਂ ਨੂੰ ਵੀ ਦਿਖਾ ਰਹੇ ਹੋ। ਅਤੇ ਜਿਹੜਾ ਆਪਾਂ ਗੱਲ ਕਰ ਰਹੇ ਸੇਵਾਵਾਂ ਦੀ, ਅਤੇ 3 ਮੰਜ਼ਿਲਾਂ ਦੇ ਵਿੱਚ ਤਾਂ ਜਿਹੜਾ ਆਪਣੇ ਸਰਾਂ ਜਿਹੜੀ ਹੈ ਪੂਰਾ ਵਧੀਆ, ਜਿਹਦੇ ਵਿੱਚ ਏਅਰ ਕੰਡੀਸ਼ਨ ਕਮਰੇ ਹੋਣਗੇ ਅਤੇ ਇਹ ਜਿਹੜਾ ਬਾਹਰਲੇ ਭਾਵੇਂ NRI ਸਰਾਂ ਕਹਿ ਲਓ, ਅਸੀਂ ਇਹਨੂੰ ਬਹੁਤ ਵਧੀਆ ਨਿਹੰਗ ਸਿੰਘਾਂ ਵੱਲੋਂ ਬਣਾਇਆ ਜਾ ਰਿਹਾ। ਮੇਰੀ ਜਿਹੜੀ ਦਿਲੀ ਇੱਛਾ ਹੈ ਉਹ ਇੱਥੇ ਤਕਰੀਬਨ ਜਿਹੜਾ 500 ਕਮਰਾ ਜਿਹੜਾ ਇੱਥੇ ਤਿਆਰ ਕੀਤਾ ਜਾਣਾ, ਜਿਹੜੇ ਪਹਿਲੇ ਪੜਾਅ ਦੇ ਵਿੱਚ ਜਿਹੜਾ ਇਹ 100 ਕਮਰਾ ਜਿਹੜਾ ਤਿਆਰ ਹੋ ਰਿਹਾ ਅਤੇ ਉਹਦੇ ਵਿੱਚ ਨਾਲ ਹੀ ਜਿਹੜੀ ਆ ਦਰਸ਼ਨੀ ਡਿਊੜੀ ਹੈ ਸਾਡੀ, ਜਿਹਨੂੰ ਡਿਊੜੀ ਕਹਿੰਦੇ ਹਾਂ ਆਪਾਂ, ਦਰਸ਼ਨੀ ਡਿਊੜੀ ਅਤੇ ਹਰਿਮੰਦਰ ਸਾਹਿਬ ਹੈ, ਇਹ ਡਿਊੜੀ ਜਿਹੜੀ ਹੈ ਇਹ ਵੀ ਤਿਆਰ ਕੀਤੀ ਗਈ ਹੈ। ਉਹਦੇ ਵਿੱਚ ਵੀ ਜਿਹੜੇ 14 ਕਮਰੇ ਨੇ ਏਅਰ ਕੰਡੀਸ਼ਨ ਅਤੇ ਬਹੁਤ ਸੋਹਣਾ ਦਫ਼ਤਰ ਅਤੇ ਆਏ ਗਏ ਵਾਸਤੇ ਬਹਿਣ ਵਾਸਤੇ ਜਿਹੜਾ ਉਹ ਬਣਾਇਆ ਜਾ ਰਿਹਾ ਅਤੇ ਨਾਲ ਜਿਹੜਾ ਦੀਵਾਨ ਹਾਲ ਵੀ ਇਹਦੇ ਵਿੱਚ ਹੀ, ਇੱਕ ਮੰਜ਼ਿਲ ਜਿਹੜੀ ਹੈ ਦੀਵਾਨ ਹਾਲ ਦੀ ਉਹ ਅਤੇ ਇੱਕ ਜਿਹੜੀ ਹੈ ਮੰਜ਼ਿਲ 'ਤੇ ਲੰਗਰ ਹੈ ਅਤੇ ਨਾਲ ਇਹਦੇ ਜਿਹੜਾ ਥੱਲੇ ਜਿਹੜਾ ਉਹ ਪੂਰਾ ਆਪਣੇ ਜਿਹੜਾ ਲੰਗਰ ਦਾ ਸਟੋਰ ਹੋਊਗਾ। ਅਤੇ ਇਸ ਕਰਕੇ ਜਿਹੜਾ ਇਹ ਜਿਹੜਾ ਸੇਵਾਵਾਂ ਨੇ ਇਹਦੇ ਨਾਲ, ਜਿਵੇਂ ਬੁੱਢਾ ਦਲ ਵੱਲੋਂ ਇੱਥੇ ਜੀਓ ਵਾਲਾ ਪਿੰਡ ਹੈ ਮਾਝੇ ਦੇ ਵਿੱਚ ਹੀ, ਅਗਾੜਾ ਪਛਾੜਾ ਗੁਰਦੁਆਰਾ, ਉੱਥੇ ਵੀ ਬਹੁਤ ਵੱਡਾ ਅਸਥਾਨ ਜਿਹੜਾ ਬੁੱਢਾ ਦਲ ਵੱਲੋਂ ਉਸਾਰਿਆ ਜਾ ਰਿਹਾ ਅਤੇ ਜਿਹੜਾ ਤਿਆਰ ਹੈ ਬਣ ਕੇ, ਬਹੁਤ ਵੱਡੀ ਇਮਾਰਤ ਉੱਥੇ ਆਪਣੇ ਦਰਬਾਰ ਸਾਹਿਬ ਦੀ ਜਿਹੜੀ ਉਸਾਰੀ ਗਈ ਹੈ ਅਤੇ ਹੋਰ ਵੀ ਸੇਵਾਵਾਂ ਚੱਲ ਰਹੀਆਂ ਨੇ। ਨਾਲ ਹੀ ਜਿਵੇਂ ਅਨੰਦਪੁਰ ਸਾਹਿਬ ਦੀ ਜਿੱਥੇ ਆਪਣੇ ਉੱਥੇ ਇਤਿਹਾਸਕ ਗੁਰਦੁਆਰੇ ਨੇ ਬੁੱਢਾ ਦਲ ਕੋਲ, ਗੁਰਦੁਆਰਾ ਮਿੱਠਾਸਰ ਸਾਹਿਬ ਹੈ, ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟਿੱਬੀ ਹੈ, ਗੁਰਦੁਆਰਾ ਨਰਮੋਹਗੜ੍ਹ ਸਾਹਿਬ ਹੈ, ਇਤਿਹਾਸਕ ਗੁਰਦੁਆਰੇ ਨੇ, ਗੁਰਦੁਆਰਾ ਗੁਰੂ ਕਾ ਬਾਗ ਹੈ ਜਿਹੜਾ ਬੁੱਢਾ ਦਲ ਕੋਲ, ਉੱਥੇ ਵੀ ਸੇਵਾਵਾਂ ਬਹੁਤ ਚੰਗੀ ਪੱਧਰ 'ਤੇ ਚੱਲ ਰਹੀਆਂ ਨੇ। ਜਿਵੇਂ ਬੁੱਢਾ ਦਲ ਨੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀ ਦੀ ਜਿਹੜੀ ਜਿਹਨੂੰ ਆਪਾਂ ਖਾਲਸਾ ਪੰਥ ਬੁੱਢਾ ਦਲ ਕਹਿੰਦੇ ਹਾਂ, ਜਿਵੇਂ ਜੰਗਾਂ ਯੁੱਧਾਂ ਦੇ ਵਿੱਚ ਵੀ ਇਹਨੇ ਮੋਹਰੀ ਹੋ ਕੇ ਰੋਲ ਨਿਭਾਇਆ ਅਤੇ ਹਰ ਜਗ੍ਹਾ ਜਿਹੜੇ ਅੱਗੇ ਹੋ ਕੇ ਜੰਗਜੂ ਜਿਹੜੇ ਆਪਣੇ ਮੁਗਲਾਂ ਨੂੰ ਭਾਜੜਾਂ ਪਾਈਆਂ, ਅੰਗਰੇਜ਼ਾਂ ਨੂੰ ਸਦਾ ਵਾਸਤੇ ਭਾਜੜਾਂ ਪਾਈਆਂ। ਅਤੇ ਹੁਣ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਜਿਹੜਾ ਬੁੱਢਾ ਦਲ ਪਬਲਿਕ ਸਕੂਲ ਹੈ ਉਹ ਪਟਿਆਲੇ ਦੇ ਵਿੱਚ, ਤਕਰੀਬਨ ਉਸ ਸਕੂਲ ਦੇ ਵਿੱਚ 5000 ਬੱਚਾ ਜਿਹੜਾ ਉੱਥੇ ਪੜ੍ਹ ਰਿਹਾ ਅਤੇ ਉਹਦੇ ਵਿੱਚ ਜਿਹੜਾ ਉਹਦੀ ਬ੍ਰਾਂਚ ਹੈ ਇੱਕ ਬੁੱਢਾ ਦਲ ਦੀ ਹੋਰ ਹੈ ਉੱਥੇ ਪਟਿਆਲਾ ਦੇ ਵਿੱਚ ਹੀ, +2 ਤੱਕ ਜਿਹੜੀ CBSE ਦੇ ਉਹਦੇ ਨਾਲ ਪੈਟਰਨ 'ਤੇ ਚੱਲ ਰਿਹਾ ਸਕੂਲ ਦਿੱਲੀ ਜਿਹੜਾ CBSE ਦੇ ਨਾਲ, ਅਤੇ ਮੀਡੀਅਮ ਇੰਗਲਿਸ਼ ਜਿਹੜੀ ਹੈ ਸਾਡੇ ਜਿਹੜੇ ਬੱਚੇ ਨੇ ਬੁੱਢਾ ਦਲ ਪਬਲਿਕ ਸਕੂਲ ਦੇ, ਭਾਵੇਂ ਸਾਡਾ 5 ਸਕੂਲ ਨੇ ਅਜੇ ਪਰ ਜਿਹੜਾ ਉਹ 5 ਹੀ ਹੈ ਜਿਹੜੇ ਉਹ ਆਮ ਮਹਾਰਾਜ ਦੀ ਕਿਰਪਾ ਸਕੂਲਾਂ ਦੇ ਉੱਪਰ, ਉਹਨਾਂ ਦਾ ਪਟਿਆਲਾ ਕੀ ਵਿਸ਼ਵ ਦੇ ਵਿੱਚ ਉਹਦਾ ਬੁੱਢਾ ਦਲ ਪਬਲਿਕ ਸਕੂਲ ਦਾ ਨਾਮ ਹੈ ਇਸ ਵੇਲੇ। ਅਤੇ ਜਿਹੜੇ ਬੱਚੇ
हर साल नासा जाते हैं, जिन्होंने नासा के पहली बारी जो बुढ़ा दल पब्लिक स्कूल ने इनाम जीत के विश्व के आपका नाम जोड़ा उच्चा किया, बुढ़ा दल का समुचे सिख पंथ का नाम उच्चा किया। तो वो जड़े पढ़े हुए तकरीबन इस वेले मेरे ख्याल 25 जड़े बच्चे ने वो PCS सिलेक्ट हो के कोई SDM लग्या, कोई ADC लग्या होया वड्डे अहुदियां ते ने। तो जड़े अपने डॉक्टर साडा जड़ा जड़ा तीसरे रैंक ते जड़ा अपने दिल्ली दे विच डॉक्टर जिथे बनते ने किड़ा वो की एम्स हाँ जी उत्थे अपने बुढ़ा दल दे बच्चे जड़े तीसरे रैंक ते आए। तो जिहड़े अपने पिछले साल भी जिहड़ा सी उह 8वें रैंक ते सी। तो इस तरह बड़े वड्डे वड्डे जिहड़े इंजीनियर कोई जिवें उत्थे अपने इंग्लैंड दे विच भी बुढ़ा दल दे दो बच्चे समाणा बुढ़ा दल पब्लिक स्कूल है जिहड़ा वह भी पूरी चढ़दी कला दे नाल चल रहा, उत्थों दे दो बच्चे पढ़े हुए जिहड़े अफसर लग के ते उत्थों दे जिहड़े अपने महाराणी ने उहनां दे सिक्योरिटी दे जिहड़े अफसर लगे हुए ने इस वेले। तो जिहड़ा बुढ़ा दल पब्लिक स्कूल जीरकपुर है वह भी पूरा जिहड़ा उत्थे गुरद्वारा पातशाही 10वीं भी बनिया होया बुढ़ा दल की छावनी है, तो नाल ही जिहड़ा बुढ़ा दल पब्लिक स्कूल भी उत्थे 10 एकड़ दे विच बुढ़ा दल ने बनाया चंडीगढ़ के नाल ही। तो जिहड़े बाबा चेत सिंह जी बुढ़ा दल दे 12वें जथेदार होए ने उन्होंने जिहड़े सुपनिआं नूं साकार करते हुए एक मैनूं चिट्ठी मिली सी बाबा चेत सिंह जी जिहड़े बुढ़ा दल दे अज तो अपने मेरे ख्याल 80 साल जिहड़ी उह पुरानी चिट्ठी सी वह बुढ़ा दल दे खजाने दे विच सी। ते उहदे उपर उदों जिहड़े मुख्यमंत्री सी सरदार गुरनाम सिंह जी जिहड़े भी सी ते उहनां नूं लिखिया होया सी भी आह अपने सिंह आ रहे ने ते सानूं आह चंडीगढ़ तो ही हुण जदों बन शुरू ही होया पता नहीं 80 कु जां थोड़े होए होणे ने। तो वो अपने उन्होंने कहा इत्थे छावनी जिहड़ी है बुढ़ा दल की बनाउणी है तो इत्थे जमीन अपने अलाट की जाए। वो अपने चिट्ठी मैं देख के बुढ़ा दल की 47 सैक्टर के जिहड़ी छावनी भी उत्थे कायम की वो जिहड़ी जगह मुल खरीद के सरकार तो वो बुढ़ा दल की उत्थे छावनी कायम करके उत्थे अस्थान बनाया। तो इस तरह गुरद्वारा माता सुंदर कौर है सैक्टर 70 दे विच मोहाली दे विच उत्थे भी अस्थान जिहड़ा पूरा अपने सेवा चल रही है। तो जिहड़ा बुढ़ा दल दा हैडक्वार्टर है गुरद्वारा बेर साहिब छावनी नहिंग सिंघ यादगार बाबा दीप सिंह जी जिहड़ा तलवंडी साबो उत्थे जिथे बुढ़ा दल दा हैडक्वार्टर है उत्थे भी स्कूल की उसारी जिहड़ी है वो जल्दी अपने करवाई जा रही है। तो जिहड़ा उस अस्थान के उपर सरां की सेवा चार दीवारी जिहड़ी है उत्थों की किले की तरह जिहड़ा बुढ़ा दल का हैडक्वार्टर बनाया गया तो उन्होंने गेटा दियां सेवावां हाल की सेवा तो होर भी उत्थे काफ़ी ज़्यादा सेवावां चल रही ने। इस तरह बुढ़ा दल का जिहड़ी छावनी है गुरद्वारा जस्सी बाग वाली उत्थे भी जिहड़ियां सरोवर दियां होर अपने सेवावां चल रही ने लंगर हाल की दरबार साहब बनया होया उत्थे इतिहासक गुरद्वारा जस्सी बाग वाली ये बठिंडे तो डबाली दे विचाले पैंदा है। तो एक गुरद्वारा बुढ़ा दल को लखी जंगल जिहड़ा इतिहासक गुरद्वारा जिथे अपने 5 पातशाहियां आईया ने तो उत्थे भी बहुत वड्डियां सेवावां जिहड़ियां श्रोमणी पंथ अकाली बुढ़ा दल वल्लों चलाईया जा रही हैं। कोटकपूरा जिहड़ा छावनी वह भी बुढ़ा दल दी है उत्थे भी बहुत वड्डियां सेवावां चल रही ने। तो जिहड़े गुरद्वारा मठियाई सर है उत्थे भी बहुत वड्डियां सेवावां चल रही ने मालवे दे विच। फिर अपने गुरद्वारा झंडा कलां साहब है पातशाही 10वीं उत्थे भी अपने दरबार साहब की सरोवर की सेवा सरां की सेवा ड्योढ़ी साहब की सेवा करवाई गई है। तो जिहड़े हुण अपने कमरे भी उत्थे उन्हां दी सेवा चल रही है नाल बाबे दिल्ली वाले महापुरखां की उन्हां दी भी सेवा लई जा रही है उत्थे। फिर जफरनामा साहब है गुरद्वारा उत्थे भी बुढ़ा दल की सेवा चल रही है। इस तरह बुढ़ा दल दे पंजाब तो बाहर भी बाबा तपा सिंह जी होए ने जिहड़ा अंगीठा बाबा तपा सिंह जी है यमुना नगर दे कोल उत्थे भी सेवावां चल रही ने। तो फिर जिहड़ा महाराष्ट्र दे विच गुरद्वारा जिहड़ा माता साहिब देवां जी वह भी बुढ़ा दल दा है बुढ़ा दल दे अपने प्रबंध चल रहे उत्थे भी सेवावां चल रही ने। इस तरह जिहड़ा बुढ़ा दल दे तकरीबन 350 अस्थान ने जिहड़ा बुढ़ा दल दे विच छावनियां ने जिन्हां नूं असीं नहिंग सिंह छावनियां कहिंदे आ इतिहासक गुरद्वारे भी ने। तो वह महान सेवावां चल रही ने बुढ़ा दल दियां। फिर जिहड़ा प्रचार बुढ़ा दल जाके बुढ़ा दल ही नहीं कल्ला जिन्ने भी बुढ़ा दल तरने दल ने सारे पिंड पिंड जाके सिखी का प्रचार करते हैं।
ਤੇ ਇਹ ਇੱਕ ਨਿਹੰਗ ਸਿੰਘ ਹੀ ਨੇ ਜਿਨ੍ਹਾਂ ਨੇ ਆਪਦਾ ਵਿਰਸਾ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਜਿਵੇਂ ਮਹਾਰਾਜ ਨੇ ਕਿਹਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਸੋ ਜਿਹੜਾ ਬਾਣਾ ਸਾਂਭ ਕੇ ਰੱਖਿਆ ਇਹ ਮਰਿਆਦਾ ਸਾਂਭ ਕੇ ਰੱਖੀ ਇਹ ਨਿਹੰਗ ਸਿੰਘਾਂ ਨੇ ਮਹਾਰਾਜ ਨੇ ਕਿਹਾ ਆਪਣ ਪਾਓ ਗੁਰੂ ਖਾਲਸੇ ਸੌਂਪਾ ਦੁਵਤਿਆ ਰੂਪ ਸਤਿਗੁਰੂ ਗ੍ਰੰਥਾ ਜਿਹੜਾ ਇਹ ਆਪਦਾ ਜਿਹੜਾ ਸਰੂਪ ਸਤਿਗੁਰਾਂ ਨੇ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਅਤੇ ਬਾਣਾ ਅਤੇ ਬਾਣੀ ਜਿਹੜੀ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਹੈ ਨਿਹੰਗ ਸਿੰਘਾਂ ਨੇ ਸਾਂਭ ਕੇ ਰੱਖੀ ਹੈ ਭਾਵੇਂ ਹੁਣ ਆ ਯੁੱਗ ਜਿਹੜਾ ਏਸੀਆਂ ਵਾਲਾ ਆਪਾਂ ਨਵੇਂ ਇਹਦੇ ਸਟਾਈਲ 'ਚ ਰਹਿੰਦੇ ਹਾਂ ਪਰ ਜਿਹੜੇ ਸਾਡੇ ਨਿਹੰਗ ਸਿੰਘ ਦਲ ਨੇ ਉਹਨਾਂ ਨੇ ਪੁਰਾਤਨ ਮਰਿਆਦਾ ਨਹੀਂ ਛੱਡੀ ਭਾਵੇਂ ਉਹ ਘੋੜਾ ਹੈ ਅਤੇ ਘੋੜਾ ਬਾਹਰ ਆਪਣੇ ਖੇਤ 'ਚ ਬੰਨਿਆ ਹੋਇਆ ਭਾਵੇਂ ਗੋਡੇ ਗੋਡੇ ਘਾਹ ਹੈ ਭਾਵੇਂ ਵਿੱਚ ਜੋ ਮਰਜ਼ੀ ਭਝੰਗ ਲੇਟਦੇ ਫਿਰਦੇ ਭਝੰਗ ਕਹਿੰਦੇ ਸੱਪ ਨੂੰ ਅਤੇ ਪਰ ਸਿੰਘ ਵੀ ਘੋੜੇ ਦੇ ਕੋਲ ਉੱਥੇ ਹੀ ਜਿਹੜਾ ਆਪਦੇ ਜਾਨ ਭਾਈ ਦੇ ਕੋਲ ਹੀ ਆ ਉਹਦਾ ਆਸਣ ਹੁੰਦਾ ਅਤੇ ਤਾਂ ਹੀ ਆਪਣੇ ਜਿਹੜੇ ਘੋੜੇ ਵੀ ਸਿੰਘਾਂ ਨੂੰ ਬਚਾਉਂਦੇ ਸੀ ਜੰਗਾਂ ਦੇ ਵਿੱਚ ਹੈ ਨਾ ਜਦੋਂ ਆਪਣੇ ਘੋੜਾ ਉਹ ਆਪਣੇ ਅੱਗੋਂ ਵੀ ਪੈਂਦਾ ਸੀ ਮੂੰਹ ਨਾਲ ਵੀ ਲੱਤ ਅੱਗੋਂ ਵੀ ਦਗਾੜਾ ਮਾਰਦਾ ਪਿੱਛੋਂ ਵੀ ਦਗਾੜਾ ਘੋੜੇ ਆਪਣੇ ਪੈਰ ਮਾਰਦੇ ਸੀ ਜਿਹੜੇ ਮੁਸਲਮਾਨਾਂ ਦੇ ਜਿਹੜੇ ਪਠਾਨ ਹੁੰਦੇ ਸੀ ਅਤੇ ਜਿਹੜਾ ਇਸੇ ਤਰ੍ਹਾਂ ਜਿਹੜੀ ਨਿਹੰਗ ਸਿੰਘਾਂ ਨੇ ਆਪਦੀ ਜਿਹੜੀ ਬਾਣੀ ਬਾਣੇ ਦੀ ਉਹ ਪੁਰਾਤਨ ਮਰਿਆਦਾ ਨਹੀਂ ਛੱਡੀ ਉਹਨੂੰ ਸਾਂਭਦੇ ਹੋਏ ਅਤੇ ਹੁਣ ਤੱਕ ਜਿਹੜਾ ਉਹ ਲੈ ਕੇ ਚੱਲੇ ਆ ਰਹੇ ਨੇ ਜਿਵੇਂ ਸ਼ੁਰੂ ਤੋਂ ਚੱਲ ਰਹੀ ਅਮਰ ਦੀ ਦਾਤ ਹੈ ਜਿਹੜੀ ਉਹ ਵੀ ਪੁਰਾਤਨ ਮਰਿਆਦਾ ਦੇ ਨਾਲ ਚਲਾਈ ਜਾਂਦੀ ਹੈ ਜਿਹੜਾ ਵਿਵੇਕ ਹੈ ਸਰਬਲੋਹ ਦੇ ਬਰਤਨਾਂ ਆਪਣੇ ਲੰਗਰ ਤਿਆਰ ਕਰਨਾ ਉਹ ਵੀ ਜਿਹੜੀ ਹੈ ਸਾਡੀ ਪੁਰਾਤਨ ਮਰਿਆਦਾ ਬੁੱਢਾ ਦਲ ਅਤੇ ਸਾਰੇ ਤਰਨੇ ਦਲਾਂ ਨੇ ਉਹ ਕਾਇਮ ਰੱਖੀ ਹੈ ਅਤੇ ਇਸ ਜਿਵੇਂ ਆਪਾਂ ਸੇਵਾਵਾਂ ਦੀਆਂ ਗੱਲ ਕਰ ਰਹੇ ਹਾਂ ਹੋਰ ਵੀ ਜਿਹੜੇ ਆਪਾਂ ਦੇਖਦੇ ਹਾਂ ਜਿੱਥੇ ਕਿਤੇ ਵੀ ਦਲ ਪੰਥ ਦੇ ਤੁਸੀਂ ਵੀ ਹਮੇਸ਼ਾ ਆਪਣੇ ਹਰ ਜਗ੍ਹਾ ਹੀ ਮੈਂ ਤੁਹਾਡੇ ਹੀ ਭਰਾਵਾਂ ਦੇ ਉੱਥੇ ਦਰਸ਼ਨ ਕਰੀਦੇ ਨੇ ਭਾਵੇਂ ਕੋਈ ਸ਼ਤਾਬਦੀ ਹੁੰਦੀ ਹੈ 300 ਸਾਲਾਂ ਲਾ ਲਓ ਜਿੱਥੇ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਉੱਥੇ ਨਿਹੰਗ ਸਿੰਘਾਂ ਤੋਂ ਬਿਨਾਂ ਇਹ ਸੰਪੂਰਨ ਨਹੀਂ ਸਮਝਿਆ ਜਾਂਦਾ ਜਾ ਕੇ ਸ਼ੁਰੂਆਤ ਵੀ ਨਿਹੰਗ ਸਿੰਘ ਕਰਦੇ ਨੇ ਅਤੇ ਉਹਦੀ ਸਮਾਪਤੀ 'ਤੇ ਜਦੋਂ ਮਹੱਲਾ ਕੱਢਦੇ ਨੇ ਆਮ ਨਗਰ ਕੀਰਤਨ ਕਹਿੰਦੇ ਹਾਂ ਨਿਹੰਗ ਸਿੰਘ ਜਿਹੜੇ ਜੰਗਜੂ ਕਰਤੱਵ ਦਿਖਾ ਕੇ ਉਹਨੂੰ ਮਹੱਲਾ ਆਪਾਂ ਕਹਿੰਦੇ ਹਾਂ ਅਤੇ ਉਹਦੇ ਵਿੱਚ ਘੋੜ ਸਵਾਰੀ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਅਭਿਆਸ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੇ ਉਹ ਜੰਗੀ ਅਭਿਆਸ ਦਿਖਾ ਕੇ ਅਤੇ ਫਿਰ ਜਿਹੜਾ ਗੱਤਕੇ ਦੇ ਜੌਹਰ ਵੀ ਸਿੰਘ ਦਿਖਾਉਂਦੇ ਨੇ ਅਤੇ ਉਹ ਪੁਰਾਤਨ ਜਿਹੜੀ ਯਾਦ ਹੈ ਸਤਿਗੁਰਾਂ ਨੇ ਜਿਵੇਂ ਸਤਿਗੁਰੂ ਆਪ ਵੀ ਬਹਿ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਇਹ ਨਜ਼ਾਰੇ ਦੇਖਦੇ ਸੀ ਉਹ ਹੀ ਨਜ਼ਾਰੇ ਜਦੋਂ ਸਿੰਘ ਘੋੜੇ ਭਜਾਉਂਦੇ ਨੇ ਗੱਤਕੇ ਦੇ ਕਰਤੱਵ ਦਿਖਾਉਂਦੇ ਨੇ ਅਤੇ ਉਹ ਜਿਹੜੀ ਯਾਦ ਤਾਜ਼ਾ ਹੁੰਦੀ ਹੈ ਸੋ ਮੈਂ ਹੁਣ ਜਿਹੜਾ ਤੁਹਾਨੂੰ ਸੰਗਤ TV ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਸਾਡੀ ਆਪਣੇ ਜਿਹੜੀ ਹੈ ਗੱਲਬਾਤ ਜਿਵੇਂ ਤੁਸੀਂ ਕੀਤੀ ਅਤੇ ਵਿਦੇਸ਼ਾਂ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਇਹ ਪ੍ਰਚਾਰ ਦਾ ਇੱਕ ਸਾਧਨ ਹੈ ਇਹ ਸਾਡੀ ਆਵਾਜ਼ ਜਿਹੜੀ ਨਿਹੰਗ ਸਿੰਘਾਂ ਦੀ ਤੁਸੀਂ ਬਾਹਰ ਵੀ ਪਹੁੰਚਾਉਂਦੇ ਹੋ ਅਤੇ ਧੰਨਵਾਦ ਤੁਹਾਡਾ ਸੋ ਬਹੁਤ ਬਹੁਤ ਬਾਬਾ ਜੀ ਧੰਨਵਾਦ ਕਾਫੀ ਰਜੇਵੇ ਪਰ ਆ ਸਮਾਂ ਸੀ ਅੱਜ ਆਪ ਜੀ ਦਾ ਪਰ ਫਿਰ ਵੀ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸੋ ਆਉਂਦੇ ਸਮੇਂ ਦੇ ਵਿੱਚ ਵੀ ਸੰਗਤ ਜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕਿਸ ਢੰਗ ਦੇ ਨਾਲ ਉਹ ਪੁਰਾਣੀਆਂ ਮਰਿਆਦਾ ਸਾਂਭੀਆਂ ਹੋਈਆਂ ਨੇ ਜਿਹੜੇ ਸਕੂਲ ਚੱਲ ਰਹੇ ਨੇ ਅੱਜ ਦੇ ਯੁੱਗ ਦੇ ਹਿਸਾਬ ਦੇ ਨਾਲ ਜਿਹੜੀ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਅਤੇ ਨਾਸਾ ਤੱਕ ਜਾ ਕੇ ਜਿਹੜੇ ਬੱਚੇ ਮੱਲਾਂ ਮਾਰ ਰਹੇ ਨੇ ਸੋ ਇਹ ਵੀ ਸਾਡੇ ਕੌਮ ਪੂਰੀ ਕੌਮ ਦੇ ਵਾਸਤੇ ਇੱਕ ਬੜੀ ਗੌਰਵਸ਼ਾਲੀ ਸਾਰਾ ਵੇਰਵਾ ਸਾਡੇ ਨਾਲ ਅੱਜ ਉਹ ਸਾਂਝਾ ਕੀਤਾ ਸੋ ਸਾਡੇ ਵੱਲੋਂ ਵੀ ਅੱਜ ਦੇ ਮੌਕੇ ਦੇ ਉੱਤੇ ਅਸੀਂ ਜਿਹੜਾ ਆਪ ਜੀ ਨੂੰ ਵਧਾਈਆਂ ਵੀ ਦਿੰਦੇ ਹਾਂ ਜੀ ਅਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਜਿਹੜਾ ਬੁੱਢਾ ਦਲ ਹੈ ਜਿਹੜੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਸ਼ਸਤਰ ਬਸ਼ਤਰ ਬਖਸ਼ਿਸ਼ ਕੀਤੇ ਬੁੱਢਾ ਦਲ ਨੂੰ ਬੁੱਢਾ ਦਲ ਇਕੱਲਾ ਨਾਮ ਨਾਲ ਹੀ ਨਹੀਂ ਨਾਂ ਅਤੇ ਹੋਰ ਵੀ ਬਥੇਰੇ ਲੈ ਕੇ ਬੁੱਢਾ ਦਲ ਦਾ ਵਰਤਦੇ ਨੇ ਪਰ ਜਿਹੜਾ ਬੁੱਢਾ ਦਲ ਜਿਹਦੇ ਕੋਲ ਨਿਸ਼ਾਨ ਨਗਾਰਾ ਹੁੰਦਾ ਸਤਿਗੁਰਾਂ ਦੀ ਉੱਥੇ ਬਖਸ਼ਿਸ਼ ਹੁੰਦੀ ਹੈ ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪ ਮਹਾਰਾਜ ਬਾਬਾ ਵਿਨੋਦ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਪਹਿਲੇ ਮੁਖੀ ਹੋਏ ਨੇ ਉਹਨਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਨੇ ਆਪ ਬਖਸ਼ਿਸ਼ ਕੀਤਾ ਅਤੇ ਜਿਹੜੇ ਬਾਬਾ ਨਵਾਬ ਕਪੂਰ ਸਿੰਘ ਜੀ ਦੀਵਾਨ ਦਰਬਾਰਾ ਸਿੰਘ ਜੀ ਬਾਬਾ ਵਿਨੋਦ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਇਹਨਾਂ ਦੇ ਜਿਹੜੇ ਇਤਿਹਾਸਕ ਸ਼ਸਤਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਨੇ ਉਹ ਸਾਰੇ ਬੁੱਢਾ ਦਲ ਦੇ ਕੋਲ ਹੁਣ ਵੀ ਮੌਜੂਦ ਨੇ ਜਿਹੜੇ ਪਟੇ ਨੇ ਮਹਾਰਾਜ ਨੇ ਲਿਖ ਕੇ ਦਿੱਤੇ ਉਹ ਵੀ ਬੁੱਢਾ ਦਲ ਕੋਲ ਮੌਜੂਦ ਨੇ ਅਤੇ ਬੁੱਢਾ ਦਲ ਜਿਹੜਾ ਆਪਣੇ ਸਤਿਗੁਰਾਂ ਨੇ ਜੋ ਵਾਰ ਦਿੱਤੇ ਉਹ ਵਾਰ ਹੁਣ ਵੀ ਉਸੇ ਤਰ੍ਹਾਂ ਚੱਲ ਰਹੇ ਨੇ ਨਿਹੰਗ ਸਿੰਘ ਸੰਦੇਸ਼ ਸ਼ਬਦ ਹੈ ਉਹ ਵੀ ਬੁੱਢਾ ਦਲ ਆਪਣੇ ਹਰ ਮਹੀਨੇ ਜਿਹੜਾ ਕੱਢਦਾ ਅਤੇ ਇਸ ਤਰ੍ਹਾਂ ਜਿਹੜੇ ਨੇ
ਉਹ ਸਾਰੇ ਸ਼ਸਤਰ ਬਸ਼ਤਰ ਜਿਹੜੇ ਮਹਾਰਾਜ ਦੇ ਆਪਣੇ ਵਚਨ ਹੋਏ ਉਹ ਸਾਰੇ ਬੁੱਢਾ ਜਿਹੜੀ ਮਾਤਾ ਸੁੰਦਰ ਕੌਰ ਜੀ ਨੇ ਜਿਹੜੀ ਗੁਰਜ ਦਿੱਤੀ ਸੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ, ਉਹ ਵੀ ਬੁੱਢਾ ਦਲ ਦੇ ਕੋਲ ਹੁਣ ਵੀ ਮੌਜੂਦ ਹੈ। ਬਾਬਾ ਬਘੇਲ ਸਿੰਘ ਜੀ ਦਾ ਜਿਹੜਾ ਗੋਲੀਆ ਇਤਿਹਾਸਕ ਸ਼ਸਤਰ ਉਹ ਵੀ ਬੁੱਢਾ ਦਲ ਦੇ ਕੋਲ ਹੁਣ ਵੀ ਮੌਜੂਦ ਹੈ। ਹੋਰ ਵੀ ਕਾਫੀ ਜਿਹੜੇ ਸ਼ਸਤਰ ਨੇ ਉਹ ਆਪਣੇ ਜਿਹੜੇ ਵੱਡੇ ਇਤਿਹਾਸਕ ਤੁਸੀਂ ਦੇਖਦੇ ਹੋ ਦਿੱਲੀ ਜਦੋਂ ਲਾਲ ਕਿਲੇ ਦਾ ਪ੍ਰੋਗਰਾਮ ਹੁੰਦਾ ਉੱਥੇ ਜਿਹੜੇ ਉਹ ਸ਼ਸਤਰਾਂ ਦੇ ਆਪਣੇ ਸੰਗਤ ਨੂੰ ਦਰਸ਼ਨ ਕਰਾਏ ਜਾਂਦੇ ਨੇ। ਸੋ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤੁਹਾਡੇ ਸੰਗਤ ਜਿਹੜਾ ਮੀਡੀਆ ਇਹਦੇ ਰਾਹੀਂ ਸੰਗਤ ਚੈਨਲ ਦੇ ਰਾਹੀਂ ਅਤੇ ਤੁਹਾਡੇ ਮਹਾਨ ਉਪਰਾਲੇ ਦੇ ਰਾਹੀਂ ਜਿਹੜਾ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਸਾਰੀ ਜਿਹੜੀ ਹੈ ਮਾਣ ਸਨਮਾਨ ਜਿਹੜਾ ਬਹੁਤ ਛੋਟੇ ਨੇ ਤੁਹਾਡੇ ਆਸ਼ੀਰਵਾਦ ਤੋਂ ਬਗੈਰ, ਸੰਗਤਾਂ ਦੇ ਆਸ਼ੀਰਵਾਦ ਤੋਂ ਬਗੈਰ। ਸ਼੍ਰੋਮਣੀ ਜਿਹੜਾ ਸੇਵਾ ਰਤਨ ਦਾ ਜਿਹੜਾ ਅਵਾਰਡ ਮਿਲਿਆ ਇਹ ਮੈਨੂੰ ਨਹੀਂ ਸਮੁੱਚੇ ਨਿਹੰਗ ਸਿੰਘ ਜਥੇਬੰਦੀਆਂ ਦਾ ਹੀ ਮਾਣ ਸਨਮਾਨ ਹੈ, ਸਾਰਾ ਮਾਣ ਸਨਮਾਨ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ। ਅਤੇ ਮੈਂ ਫਿਰ ਨੌਜਵਾਨ ਜਿਹੜੀ ਸਾਡੀ ਪੀੜ੍ਹੀ ਹੈ, ਸਾਡੇ ਨੌਜਵਾਨ ਬੱਚੇ ਨੇ ਜਿਹੜੇ ਨਸ਼ਿਆਂ ਦੇ ਵਿੱਚ ਗਲਕਤ ਹੋਏ ਨੇ ਜਾਂ ਨਸ਼ਿਆਂ ਦੇ ਆਦੀ ਨੇ, ਉਹ ਇਹ ਬੇਨਤੀ ਹੈ ਜਿਹੜਾ ਮਹਾਰਾਜ ਨੇ ਕਿਹਾ ਜਿਵੇਂ ਪੀਓ ਪਹਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਨਸ਼ਿਆਂ ਦਾ ਤਿਆਗ ਕਰਨ ਇੱਧਰ ਆਪਣੇ ਜਿਹੜੇ ਬਾਣੀ ਬਾਣੇ ਦੇ ਧਾਰਨੀ ਹੋਣ, ਖੰਡੇ ਬਾਟੇ ਦਾ ਅਮਰ ਛੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ, ਅਤੇ ਨਾਲ ਜਿਹੜਾ ਸ਼ਸਤਰ ਘੋੜ ਸਵਾਰੀ ਅਤੇ ਜਿਹੜਾ ਆਪਾਂ ਹੋਰ ਵੀ ਜਿੱਥੇ ਗੇਮਾਂ ਨੇ ਬਹੁਤ ਸਾਰੀਆਂ, ਪਰ ਜਿਹੜਾ ਜੰਗੀ ਅਭਿਆਸ ਹੈ ਗੱਤਕਾ ਇਹ ਵੀ ਜ਼ਰੂਰ ਇਹਦੇ ਵਿੱਚ ਆਪਣੇ ਸਿੱਖਣ, ਅਤੇ ਤਾਂ ਹੀ ਆਪਾਂ ਜਿਹੜਾ ਗੁਰੂ ਦੇ ਸਿੱਖ ਅਖਵਾ ਸਕਦੇ, ਸਿੰਘ ਅਖਵਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗਾਂ ਸਿੰਘਾਂ ਦਾ ਇਹ ਬੋਲੇ ਜਿਹੜੇ ਨੇ, ਹੋਰ ਵੀ ਬਹੁਤ ਕੁਝ ਹੈ ਜਿਹੜਾ ਅੱਜ ਆਪ ਜੀ ਦੇ ਨਾਲ ਸਾਂਝ ਕਰਨ ਵਾਲੀ ਹੈ। ਸੋ ਮੈਂ ਸਮਝਦਾ ਕਿ ਅੱਜ ਬਾਬਾ ਜੀ ਦੇ ਨਾਲ ਇਹ ਖੁੱਲ੍ਹ ਕੇ ਜੋ ਵਿਚਾਰਾਂ ਹੋਈਆਂ ਨੇ, ਆਉਂਦੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਰਹਿਣੀ ਬਹਿਣੀ ਅਤੇ ਜੋ ਕਾਰਵਾਈਆਂ ਚੱਲ ਰਹੀਆਂ ਨੇ ਸੇਵਾ ਦੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੀ ਕਰੇ ਗਜਾਵੇ, ਨਿਹਾਲ ਹੋ ਜਾਵੇ, ਗੱਜ ਕੇ ਜੀ ਕਰੇ ਗਜਾਵੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ, ਗੱਜ ਕੇ ਜੀ ਕਰੇ ਗਜਾਵੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਭਾਵੇ, ਗੱਜ ਕੇ ਜੀ ਕਰੇ ਗਜਾਵੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ, ਗੱਜ ਕੇ ਜੀ ਕਰੇ ਗਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।